ਇਹ ਦ੍ਰਿਸ਼ ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤੇ ਦਾ ਹੈਗਾ, ਰਸਤੇ ਦੇ ਵਿੱਚੋਂ ਹੀ ਲਿੱਤਾ ਗਿਆ ਹੈਗਾ। ਦੇਖੋ ਇੱਥੇ ਕਿਵੇਂ ਆਰਮੀ ਦੇ ਬੇਸ ਕੈਂਪ ਹੈਗੇ ਜੋ ਗੋਬਿੰਦ ਧਾਮ ਦੇ ਕੋਲ ਲੱਗਿਆ ਹੋਇਆ ਹੈਗਾ, ਉਸ ਤੋਂ ਥੋੜ੍ਹਾ ਹੀ ਪਿੱਛੇ ਆਰਮੀ ਨੇ ਆਪਣਾ ਬੇਸ ਲਗਾਇਆ ਹੋਇਆ ਹੈਗਾ। ਇੱਥੋਂ ਹੀ ਬੈਠ ਕੇ ਉਹ ਹੈਲੀਪੈਡ ਅਤੇ ਹੋਰ ਸੁਵਿਧਾਵਾਂ ਨੂੰ ਇੱਥੋਂ ਕੰਟਰੋਲ ਕਰਦੇ ਨੇ। ਇੱਥੇ ਦੇਖੋ ਪਹਾੜਾਂ ਦੇ ਉੱਪਰ ਪਈ ਹੋਈ ਬਰਫ਼ ਕਿੰਨੀ ਸੋਹਣੀ ਲੱਗ ਰਹੀ ਹੈ, ਥੱਲੇ ਆਪਾਂ ਨੂੰ ਇੱਕ ਹੈਲੀਪੈਡ ਵੀ ਦੇਖਣ ਨੂੰ ਮਿਲ ਰਹੀ ਹੈਗੀ, ਜਿੱਥੋਂ ਇੱਥੋਂ ਜੋ ਹੈਲੀਕਾਪਟਰ ਹੈ ਉੱਪਰ ਨੀਚੇ ਆਉਂਦਾ ਅਤੇ ਉਡਾਨਾ ਭਰਦਾ ਹੈਗਾ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਫਿਰ ਅਸੀਂ ਇੱਦਾਂ ਦੀਆਂ ਹੀ ਹੋਰ ਵੀਡੀਓ ਅਪਲੋਡ ਕਰਾਂਗੇ। ਧੰਨਵਾਦ ਦੋਸਤੋ।